ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਨਵਾਂ ਜ਼ਮਾਨਾ ਕਿਤਾਬ ਦੇ ਲੇਖ ਪੜ੍ਹ ਰਹੇ ਸੀ। ਅੱਜ ਪੜ੍ਹਾਂਗੇ ਜੀ ਲੋਹੜੀ। ਲੋਹੜੀ ਦਾ ਤਿਉਹਾਰ, ਇਸ ਵਿੱਚ ਲੇਖਕ ਨੇ ਦੱਸਿਆ ਕਿ ਕਿਸ ਤਰ੍ਹਾਂ ਦਾ ਜਿਹੜੇ ਸਾਡੇ ਤਿਉਹਾਰ ਆ ਉਹ ਸਾਨੂੰ ਖੁਸ਼ੀਆਂ ਮਾਣਨ ਦਾ ਮੌਕਾ ਦਿੰਦੇ ਆ। ਲੇਖਕ ਦੇ ਆਪਣੇ ਛੋਟੇ ਮੁੰਡੇ ਦੀ ਲੋਹੜੀ ਸੀ, ਪਰ ਲੇਖਕ ਦੇ ਮਨ ਵਿੱਚ ਕੋਈ ਇੰਨਾ ਕੋਈ ਹੈ ਨਹੀਂ ਸੀ ਕਿ ਮੈਂ ਇਹਨੂੰ ਸੈਲੀਬ੍ਰੇਟ ਕਰਾਂਗਾ। ਪਰ ਵੱਡਾ ਮੁੰਡਾ ਉਹਨਾਂ ਦਾ ਉਹਨਾਂ ਆਪਣੇ ਯਾਰਾਂ ਦੋਸਤਾਂ ਨਾਲ ਮਿਲ ਕੇ ਸਲਾਹ ਮਸ਼ਵਰਾ ਕਰਕੇ ਬਾਲਣ ਇਕੱਠਾ ਕਰ ਲਿਆ। ਫਿਰ ਲੇਖਕ ਦੱਸਦਾ ਵੀ ਕਿਸ ਤਰ੍ਹਾਂ ਵੀ ਉਹਨਾਂ ਨੇ ਲੋਕਾਂ ਦਾ ਚੋਰੀ ਬਾਲਣ ਇਕੱਠਾ ਕਰ ਲਿਆ ਸੀ, ਤੇ ਜਦੋਂ ਲਾਟਾਂ ਬਲਣ ਲੱਗੀਆਂ ਤਾਂ ਜਨਤਾ ਇੰਜੋਏ ਵੀ ਕਰ ਰਹੀ ਆ ਤੇ ਨਾਲੇ ਬੋਲੀ ਵੀ ਜਾ ਰਹੀ ਆ ਕਿ ਉਹ ਮੇਰਾ ਬਾਲਣ ਸੀ, ਮੇਰਾ ਬਾਲਣ ਸੀ। ਤਾਂ ਲੇਖਕ ਦੀ ਘਰ ਵਾਲੀ ਜਲੇਬੀਆਂ ਮੰਗਾ ਲਈਆਂ। ਮੇਰਾ ਨਾਲ ਕੁਝ ਪਲੈਨਿੰਗ ਨਹੀਂ ਸੀ ਸੈਲੀਬ੍ਰੇਸ਼ਨ ਦੀ, ਤੇ ਪਰ ਪਲੈਨਿੰਗ ਐਟ ਅ ਟਾਈਮ ਬਣ ਗਈ। ਜਲੇਬੀਆਂ ਦਾ ਟੋਕਰਾ ਮੰਗਾ ਲਿਆ, 3 ਵਾਰੀ ਮੰਗਾਉਣੀਆਂ ਪਈਆਂ। ਲੋਕੀ ਇਕੱਠੇ ਹੁੰਦੇ ਗਏ, ਪਹਿਲਾਂ ਬੱਚੇ ਆਏ, ਬੱਚਿਆਂ ਨੂੰ ਲੱਭਦੇ ਉਹਨਾਂ ਦੇ ਘਰ ਦੇ ਆਏ ਤੇ ਘਰ ਦੇ ਵੀ ਉੱਥੇ ਰਹਿ ਗਏ। ਫਿਰ ਬੁੱਢੇ ਕਹਿੰਦੇ ਅਸੀਂ ਕੀ ਕਰਨਾ, ਬੁੱਢੇ ਵੀ ਆ ਗਏ ਤੇ ਚੰਗਾ ਇੰਜੋਏ ਕੀਤਾ। ਫਿਰ ਕਿਸੇ ਨੇ ਕਹਾਣੀ ਸੁਣਾਈ, ਠੀਕ, ਤੇ ਕਾਫੀ ਦੇਰ ਰਾਤ ਤੱਕ ਸੈਲੀਬ੍ਰੇਸ਼ਨ ਚੱਲਦੀ ਰਹੀ। ਤੇ ਉਹਦਾ ਹਾਲ ਬਿਆਨ ਆ ਜੀ ਲੋਹੜੀ ਦਾ। ਕਈਆਂ ਸਾਲਾਂ ਤੋਂ ਮੈਂ ਕਦੇ ਲੋਹੜੀ ਬਲਦੀ ਨਹੀਂ ਦੇਖੀ ਸੀ, ਕਿਉਂਕਿ ਲੇਖਕ ਬਾਹਰ ਰਹਿੰਦਾ ਸੀ ਫੋਰਨ ਕੰਟਰੀ ਵਿੱਚ। ਐਤਕੀ ਸਾਡੇ ਘਰ ਬਲਣ ਦਾ ਮੌਕਾ ਵੀ ਹੈ ਸੀ, ਕਿਉਂਕਿ ਸਾਡੇ ਘਰ ਨਿੱਕਿਆ ਆਏ ਨੂੰ ਅਜੇ ਵਰਾ ਨਹੀਂ ਸੀ ਹੋਇਆ, ਪਰ ਮੇਰੀ ਪਤਨੀ ਖਬਰੇ ਮੇਰੀ ਬਲੈਤੀ ਵਿਦਿਆ ਤੋਂ ਸੰਗ ਗਈ। ਤਾਂ ਉਹਦੀ ਵਾਈਫ ਨੂੰ ਥੋੜ੍ਹੀ ਸੰਗ ਲੱਗਦੀ ਸੀ ਵੀ ਮੇਰਾ ਘਰ ਵਾਲਾ ਪੜ੍ਹਿਆ ਲਿਖਿਆ, ਵੀ ਹੋ ਸਕਦਾ ਉਹ ਮੇਰੀ ਲੋਹੜੀ ਮਨਾਉਣ ਦੀ ਗੱਲ 'ਤੇ ਹਾਮੀ ਨਾ ਭਰੇ। ਅਤੇ ਲੇਖਕ ਦਾ ਛੋਟੇ ਲੜਕੇ ਦੀ ਪਹਿਲੀ ਲੋਹੜੀ ਸੀ। ਅੱਛਾ ਜੀ, ਤਾਂ ਵੀ ਸਾਡੇ ਵੱਡੇ ਕਾਕੇ ਨੂੰ ਕਾਫੀ ਨਾਲੋਂ ਬਹੁਤਾ ਚੇਤੇ ਸੀ, ਵੱਡੇ ਮੁੰਡਾ ਚਾਹੁੰਦਾ ਸੀ। ਇਸ ਦੇ ਸਾਥੀਆਂ ਨੇ ਮੰਗ ਚੁਰਾ ਕੇ ਬੜੇ ਗੋਹੇ ਲੱਕੜਾਂ ਇਕੱਠੇ ਕੀਤੇ ਹੋਏ ਸਨ, ਬਾਲਣ ਇਕੱਠਾ ਕਰ ਲਿਆ, ਚਾਹੇ ਮੰਗ ਕੇ ਚਾਹੇ ਚੋਰੀ ਕਿਉਂ ਨਾ ਕਰਨਾ ਪਵੇ। ਕਿਤੋਂ ਉਲਾਮਾ ਆਉਂਦਾ ਸੀ, ਸਾਡਾ ਬਾਲਣ ਕੋਈ ਕੋਠੇ ਤੋਂ ਲਾਹ ਲੈ ਗਿਆ। ਹੁਣ ਮੁੰਡੇ ਸੋਚਣ ਲੱਗੇ ਕਿ ਬਾਲੀਏ ਕਿੱਥੇ, ਕਿਸੇ ਕੋਈ ਥਾਂ ਦੱਸੀ ਕਿਸੇ ਕੋਈ, ਪਰ ਸਾਡੇ ਬੂਹੇ ਅੱਗੇ ਥਾਂ ਕੁਝ ਖੁੱਲੀ ਸੀ, ਕਈਆਂ ਦੀ ਨਜ਼ਰ ਉੱਥੇ ਸੀ। ਪਰ ਮੁੰਡੇ ਸਾਡੇ ਕਾਕੇ ਨੂੰ ਆਉਂਦੇ ਸਨ, ਤੇਰਾ ਪਿਓ ਜੇ ਗੁੱਸੇ ਨਾ ਹੋਵੇ, ਕਿਉਂਕਿ ਲੇਖਕ ਦਾ ਡਰ ਸੀ ਸਾਰਿਆਂ ਨੂੰ। ਉਸ ਆਪਣੀ ਜ਼ਿੰਮੇਵਾਰੀ ਉੱਤੇ ਗੋਹੇ ਚੜਵਾ ਦਿੱਤੇ, ਬਾਲਣ ਚੜਵਾ ਤਾਂ ਕਿਨ ਵੱਡੇ ਮੁੰਡੇ ਨੇ, ਵੇਖੀ ਜਾਓ ਜੋ ਹੋਊ। ਦੇਖਦੇ ਹਾਂ ਜੀ, ਮੁੰਡੇ ਕੁੜੀਆਂ ਘਰਾਂ ਤੋਂ ਚਲੇ ਗਏ, ਬੱਚਿਆਂ ਨੂੰ ਬੁਲਾਉਣ ਦੇ ਪੱਜ ਚਾਚੀ ਆਈ, ਤਾਈ ਆਈ, ਭਾਬੀ ਆਈ, ਸਭੋ ਨੱਡੀਆਂ ਵੀ ਉੱਥੇ ਜਮ੍ਹਾਂ ਹੋ ਗਈਆਂ। ਠੀਕ ਹੈ ਜੀ, ਕਿਸੇ ਕੋਈ ਗੀਤ ਛੋਇਆ, ਗੀਤ ਗੱਭਰੂਆਂ ਦੀ ਕੰਨੀ ਪਿਆ, ਉਹ ਵੀ ਇੱਕ ਦੂਜੇ ਨੂੰ ਹਾਕਾ ਮਾਰਦੇ ਭੱਜੇ ਆ ਗਏ, ਸਾਰੇ ਆ ਗਏ। ਬੁੱਢਿਆਂ ਨੂੰ ਘਰ ਸੁੰਨਾ ਸੁੰਨਾ ਜਾਪਿਆ, ਉਹ ਵੀ ਖੇਸਾਂ ਦੀਆਂ ਮੁੱਕਲਾਂ ਮਾਰ ਕੇ ਇਸ ਹਵਨ ਜੱਗ ਵਿੱਚ ਆ ਸ਼ਾਮਿਲ ਹੋਏ। ਕੱਲ ਕੀ ਸਾਰਾ ਪਿੰਡ ਉੱਥੇ ਜੁੜ ਗਿਆ, ਹੌਲੀ ਹੌਲੀ ਪੂਰਾ ਸੈਲੀਬ੍ਰੇਸ਼ਨ ਇੰਜੋਏ ਕਰਨ ਦਾ ਜਸ਼ਨ ਦਾ ਮਾਹੌਲ ਬਣ ਗਿਆ। ਉਸ ਵੇਲੇ ਮੈਂ ਨਵੀਂ ਸੱਭਿਅਤਾ ਦਾ ਬੇਸੁਆਦਾ ਪਾੜਕੂ ਪੜਾਕੂ, ਮੈਂ ਆਪਣੇ ਆਪ ਨੂੰ ਐਜੂਕੇਟਡ ਬੰਦਾ ਸਮਝਦਾ ਸੀ, ਤਾਂ ਮੈਂ ਮੇਰੇ ਸਾਹਮਣੇ ਕੀ ਆ ਕਿ ਇਹ ਤਾਂ ਗੱਲਾਂ ਪੁਰਾਣੀਆਂ ਆ। ਆਪਣੇ ਕਮਰੇ ਵਿੱਚ ਬੂਹੇ ਮਾਰ ਕੇ ਗਿਆਨੀ ਜੀ ਕੋਲੋਂ ਸਬਕ ਪੜ੍ਹ ਰਿਹਾ ਸਾਂ, ਤਾਂ ਇਹ ਆਪਣੇ ਸਟੱਡੀ ਕਰ ਰਹੇ ਸੀ, ਗਿਆਨ ਲੈ ਰਹੇ ਸੀ। ਅਜਬ ਤਮਾਸ਼ਾ ਸੀ, ਘੁੰਡਾਂ ਵਾਲੀਆਂ ਨੂੰ ਘੁੰਡ ਭੁੱਲੇ ਹੋਏ, ਬੁੱਢੀਆਂ ਨੂੰ ਆਪਣੀ ਉਮਰ ਭੁੱਲੀ ਹੋਈ, ਛੋਰੀਆਂ ਦੇ ਛੋਰ ਦੀ ਕੋਈ ਹੱਦ ਨਹੀਂ ਸੀ। ਮੇਰੀ ਪਤਨੀ ਨੇ ਬੂਹੇ ਅੱਗੇ ਪਿੰਡ ਆਇਆ ਦੇਖ ਖਾਤਰਦਾਰੀ ਲਈ ਬਾਈਸਾਈਕਲ ਉੱਤੇ ਕਿਸੇ ਨੂੰ ਦੜਾ ਨਾਲ ਦੇ ਪਿੰਡੋਂ ਜਲੇਬੀਆਂ ਮੰਗਵਾਈਆਂ ਸਨ, ਤੇ ਜਦੋਂ ਹੁਣ ਤੁਹਾਡੇ ਘਰ ਪ੍ਰਾਹੁਣੇ ਆ ਗਏ ਇੰਨੇ ਤਾਂ ਉਹਨਾਂ ਦੀ ਖਾਤਰਦਾਰੀ ਵੀ ਤਾਂ ਕਰਨੀ ਆ, ਤਾਂ ਪਤਨੀ ਨੇ ਜਲੇਬੀਆਂ ਮੰਗਾ ਲਈਆਂ। ਤੇ ਜਲੇਬੀਆਂ ਕਈ ਵਾਰੀ ਖਤਮ ਹੋਈਆਂ, 3-4 ਵਾਰ ਤਾਂ ਮੰਗਾਈਆਂ ਹੀ ਹੈ ਉਹਨਾਂ ਨੇ, ਵਾਰ ਵਾਰ ਮੰਗਾਈਆਂ। ਮੈਂ ਪਤਨੀ ਨੂੰ ਆਖਿਆ
जे तुसी एक होर टोकरी जलेबियां दी मंगाओ तां ओ टोकरी ऐतकी गभरुआं दे हत्थ फड़ा दित्ती जाए। पहला की सीगा कि टोकरी लेडीज बरता रही सी, औरतां बरता रही सीगियां, ते मुंडिया ने फटाफट हाथ तो मार के चक लिया। तो फिर लेखक ने सुझाव दिता कि ऐतकी गभरू बरतान जिहड़ियां औरतां आ ओह इन्हां को आपी जलेबियां खोलण दियां ताकि उन्हां नूं भी जलेबियां मिल जाण। ते कुड़ियां चिड़ियां नूं आख्या जाए कि सबो धावा बोल के लुट लैण। ठीक है जी, मेरे शामिल होण दा मुंडिया नूं अजिहा सुआद आया कि पंज सत मुंडे भज के लोगों के कोठिया उत्तों अरहर का बालन चुरा लिया है। अरहर दाल है ना, एकदम इन अग लगती है, माहौल होर गर्म हो गया। घर वाले सारे पिंड विच सन, पर जदों लाटां बलियां कोई आखे आ तां साडा बालन है, वे भैड़ियो असां ते अज ही गड्डे कोठे चाड़े सन। तो लोकी मेहना भी मार रहे आ, अपना अपना बालन पछाण रहे आ। किसे आख्या भैन फलानी उस हुंद मार तो गुस्से होके चली गई। जो इकट्ठ होंदा ना एक अद्धा बंदा रूसी जांदा, मैं उसे घड़ी अपनी एक कुड़ी नूं सौ दे के कल्या कि जे वह भैन ना आई तो मैं बड़ा निराश होवांगा। लेखक ने इस गल नूं केयर कीती है ना भी, हाँ भी नहीं कोई रुसना नहीं चाहिए। भैन आ गई तो उहदे नाल ही बाईसाइकल उत्ते जलेबियां भी पहुंच गई। जिस गभरू ने पहली बारी बहुत क्रोध किया सी उसने हाथ टोकरी फड़ा दिती भी हुण तू बरता ताकि तेनू क्रोध करन दा मौका ना मिले। कुड़ियां मुंडिया नू मगर पवा दिता, ठीक है ना, मुंडिया दे मगर पवा दिता कुड़ियां नू। बस फिर की सी, सारा जनाना गुस्सा लै गया क्योंकि मर्दां दी ओ गत बनी कि याद करनगे। हुण की आ पावर जनानियां औरतां दे हाथ आ गई सी, उन्हां ते मर्द बरता रहे सी ते औरतां ने धक्का मुक्की करके ना उन्हां को जलेबियां जलूबियां सारियां खोलियां, उन्हां दी पेश नहीं चलन दित्ती। कईयां ने गावियां भी गाने गुणे भी गाए। किसे दा जी नहीं सी करता कि ओ जोड़ मेल समाप्त किया जाए, सारे आनंद लै रहे सी। पर जद जलेबियां भी ना रहियां, कोठियां तो जिन्ना बालन चुकिया जा सकता सी चुकिया गया, खलूत पाण दे बहाने भी मुकदे जापे। तां किसे आख्या कहानी सुनाओ, ठीक है जी, एक बहाना दूसरा बहाना, बहाने नाल इंजॉयमेंट चल रही है, आनंद चल रहा है, सब खुश है। पर शाबाश गणेशा सिंह दे, गणेशा सिंह ने की कीता कहानी सुनाई बड़े इंटरेस्टिंग वे ना, वो भी राज तिलक का पूरा अधिकारी निकलिया। सोटे दी टेक लै के एवं खलोता ते एवं मुंह सवार के उस परियां पातशाहां दियां कहानियां छोहियां कि अलप लैला दी वार्ता नूं मात पा दित्ते। ठीक है जी, इन कहानी बहुत चंगे ढंग ने सुनाई। फिर आई मेरी बारी, मेरे कोल पंजाबी दी एक पुरानी किताब सी, उहदे विच जिंदगी दे हूबहू दृश्य जटकी मोटी ठुल्ली बोली विच खिच के दसे हुए सन। भी इहदे विच की है ना कि जिस तरह आम लोकां दीआं गल्लां हुंदीआं वैसे ही लिखियां सीगीआं ते उन्ना ही मिठास सी। ते लेखक ने फिर इहदे विचों गल्लां सुनाईआं, मशकरियां वगैरा सीगीआं होर ते आम जनता नूं जिहड़ी उत्थे इकट्ठी हुई सी, काफी आनंद मिलिआ। तरन तारण दे मेले है ना, छपार दी रौनक, कुड़ियां दे त्रिंजन, सालियां दीयां नवें भणूजे नाल मशकरियां, इस तरह दीयां गल्लां जिहड़ियां आम जनता नूं आनंद दिंदियां ते होर सब कुछ। मैं पढ़ता जावां, मेरे भैणां भरां हस हस दोहरे हुंदे जाण, क्योंकि ओह किसे विद्वान दी रचना नहीं सी, ओह किसे ने उन्हां दी अपनी जिंदगी दीयां रोजाना घटनावां सुचजी कलम नाल लिखियां होईयां सन। जदों सानूं ना रियलिटियां सिद्धियां गल्लां पता लगदियां, जिस तरह अजकल दे वी शो आ रहे आ तां सानूं ज्यादा हासा आउंदा, तां इह तां तुसीं हिसाब ला लो अज तों 80-90 साल पहलां दीयां गल्लां आ, ते उस वेले जे हूबहू कोई गल्लां सुनावे ते ज्यादा लोकां नूं खुशी मिलदी सी, हासा आउंदा सी। बड़ा ही सवाद आया,
ਫਿਰ ਬਾਅਦ ਵਿੱਚ ਕੀ ਹੋਇਆ, ਸਭ ਕੁਝ ਖਤਮ ਹੋ ਗਿਆ। ਸਭ ਉੱਠ ਖਲੋਤੇ ਤੇ ਬੜੇ ਉਤਸ਼ਾਹ ਨਾਲ ਕੁਆਰਿਆਂ ਦੇ ਵਿਆਹਾਂ ਲਈ ਤੇ ਸੁੱਤ ਅਭੀ ਲਾਕੀ ਮਾਵਾਂ ਦੇ ਘਰੀ ਨੀਗਣਾ ਲਈ ਪ੍ਰਾਰਥਨਾ ਕੀਤੀਆਂ ਵੀ ਜਿਹੜੇ ਕੁਆਰੇ ਆ ਉਹਨਾਂ ਦੇ ਵਿਆਹ ਹੋ ਜਾਣ, ਜਿਨ੍ਹਾਂ ਦੇ ਕੋਲ ਨਿਆਣਾ ਨਹੀਂ ਉਹਨਾਂ ਦੇ ਨਿਆਣਾ ਹੋ ਜਾਏ ਤੇ ਪਿਆਰ ਨਾਲ ਘਰੋਂ ਘਰੀ ਤੁਰ ਪਏ। ਇਹ ਅਰਦਾਸ ਕੀਤੀ ਤੇ ਚੱਲ ਪਏ। ਵਿੱਚੋਂ ਕਿਸੇ ਨੇ ਬੜੀ ਪ੍ਰਸੰਨਤਾ ਨਾਲ ਆਖਿਆ, ਜਿਉ ਆਇਆ ਨੂੰ ਫਿਰ ਵੀ ਆਉਣਾ। ਇਹ ਕਿਹਨੇ ਆਖਿਆ ਹੋਊਗਾ? ਲੇਖਕ ਦੀ ਵਾਈਫ ਨੇ, ਪਤਨੀ ਨੇ। ਤੇ ਮਤਲਬ ਸਾਰੇ ਖੁਸ਼ ਸੀ। ਅੱਗੇ ਆ ਜੀ, ਪੰਛੀਆਂ ਦੇ ਦੇਸ਼ ਦੌਰੇ। ਇਹ ਜਿਹੜੇ ਮਾਈਗ੍ਰੇਟਰੀ ਬਰਡਸ ਹੁੰਦੇ ਆ ਨਾ, ਜਿਹੜੇ ਬਹੁਤ ਲੰਬਾ ਸਫ਼ਰ ਤੈਅ ਕਰਦੇ ਆ, ਇੱਕ ਮੁਲਕ ਤੋਂ, ਠੰਡੇ ਮੁਲਕਾਂ ਤੋਂ ਹੁੰਦੇ ਹੋਏ, ਭਾਰਤ ਤੋਂ ਹੁੰਦੇ ਹੋਏ ਅਫਰੀਕਾ ਤੱਕ ਜਾਂਦੇ ਆ, ਤੇ ਲੇਖਕ ਨੇ ਉਹਨਾਂ ਬਾਰੇ ਗੱਲਾਂ ਬਿਆਨ ਕੀਤੀਆਂ। ਤੇ ਲੇਖਕ ਦੱਸਦਾ ਕਿ ਅਸੀਂ ਰਿਸਰਚ ਨਾਲ ਕਾਫੀ ਗੱਲਾਂ ਖੋਜ ਲਈਆਂ। ਅੱਜ ਦੀ ਦੁਨੀਆ ਪਿਛਲੀ ਨਾਲੋਂ ਹਜ਼ਾਰਾਂ ਦਰਜੇ ਵੱਧ ਅਸਚਰਜਤਾ ਨਾਲ ਭਰੀ ਹੈ। ਲੇਖਕ ਕਹਿੰਦਾ ਕਿ ਸਾਨੂੰ ਲੱਗਦਾ ਕਿ ਅਸੀਂ ਵਿਗਿਆਨ ਨਾਲ ਕਈ ਖੋਜਾਂ ਕਰ ਲਈਆਂ ਤੇ ਕੁਝੀਆਂ ਗੱਲਾਂ ਜਾਣ ਲਈਆਂ, ਪਰ ਲੇਖਕ ਕਹਿੰਦਾ ਨਹੀਂ, ਹਲੇ ਵੀ ਬਹੁਤ ਕੀ ਆ ਅਸਚਰਜਤਾ ਹੈ, ਅਦਭੁਤਤਾ ਹੈ। ਨਿਤ ਇੰਨੇ ਅਜੂਬੇ ਪੰਛੀਆਂ, ਬ੍ਰਿਛਾਂ, ਕੀੜਿਆਂ, ਸਿਤਾਰਿਆਂ, ਪਹਾੜਾਂ ਦੀ ਬਾਬਤ ਲੱਭ ਰਹੇ ਹਨ। ਰੋਜ਼ ਨਵੀਆਂ ਨਵੀਆਂ ਖੋਜਾਂ ਹੋ ਰਹੀਆਂ ਹਨ ਕਿ ਮਨੁੱਖ ਕਦਮ ਕਦਮ ਉੱਤੇ ਮੂੰਹ ਵਿੱਚ ਉਂਗਲ ਪਾਉਂਦਾ ਤੇ ਵਾਹ ਵਾਹ ਕਰਦਾ ਹੈ। ਨਵੀਆਂ ਨਵੀਆਂ ਖੋਜਾਂ ਹੁੰਦੀਆਂ, ਹੈਰਾਨੀਜਨਕ। ਅੱਛਾ ਜੀ, ਹੁਣ ਲੇਖਕ ਪੰਛੀਆਂ ਦੀ ਗੱਲ ਕਰਦਾ। ਇਹ ਸੋਹਣੇ ਹੁੰਦੇ ਹਨ, ਇਹ ਸਾਡੀ ਰੌਣਕ ਵਧਾਉਂਦੇ ਹਨ, ਇਹ ਸਾਡੀਆਂ ਫਸਲਾਂ ਨੂੰ ਖਰਾਬ ਕਰਨ ਵਾਲੇ ਕੀੜੇ ਖਾਂਦੇ ਹਨ ਤੇ ਸਾਡੀ ਖੁਰਾਕ ਦੀ ਰਾਖੀ ਕਰਦੇ ਹਨ। ਪੰਛੀਆਂ ਦੀ ਇੰਪੋਰਟੈਂਸ ਦੱਸਦੇ। ਪਰ ਜੇ ਕਦੇ ਇਹ ਪੰਛੀ ਸਾਡੇ ਆਕਾਸ਼ ਵਿੱਚ ਨਾ ਹੋਣ, ਸਵੇਰੇ ਕੋਈ ਚਹਿ ਚਹਿ ਨਾ ਹੋਵੇ, ਸਾਂਝ ਵੇਲੇ ਕੋਈ ਲੰਮੀਆਂ ਡਾਰਾਂ ਕੁਰੀ ਨਾ ਮੁੜਨ, ਤਾਂ ਜੀਵਨ ਫਿੱਕਾ ਹੋ ਜਾਏ। ਪੰਛੀਆਂ ਦੀ ਇੰਪੋਰਟੈਂਸ। ਕੁਝ ਹਫ਼ਤਿਆਂ ਵਿੱਚ ਹੀ ਇਹਨਾਂ 7-8 ਹਜ਼ਾਰ ਮੀਲਾਂ ਦੀ ਵਿੱਥ ਉੱਤੇ ਅਫਰੀਕਾ ਚਲੇ ਜਾਣਾ ਹੈ। ਠੰਡੇ ਏਰੀਏ ਤੋਂ ਆਏ, ਭਾਰਤ ਤੋਂ ਹੁੰਦੇ ਹੋਏ ਅਫਰੀਕਾ ਚਲੇ ਜਾਣਾ। ਕਿਹੜੇ? ਮਾਈਗ੍ਰੇਟਰੀ ਬਰਡਸ ਨੇ, ਜਿਹੜੇ ਪੰਛੀ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦੇ ਆ, ਕਿੰਨਾ ਕਿੰਨਾ ਲੱਖਾਂ ਕਿਲੋਮੀਟਰ ਸਫ਼ਰ ਤੈਅ ਕਰਦੇ ਆ। ਲੱਖਾਂ ਕਰੋੜਾਂ ਦੀ ਗਿਣਤੀ ਵਿੱਚ, ਮੈਨੂੰ ਕਿੰਨੇ ਕਿੰਨੇ ਹਜ਼ਾਰਾਂ ਕਿਲੋਮੀਟਰ ਕਹਿ ਲਓ, ਹਾਂ ਇਹ ਠੀਕ ਰਹੇਗਾ, ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਇਹ ਨਿੱਕੇ ਯਾਤਰੂ ਰਲ ਕੇ ਤੁਰਦੇ ਹਨ। ਜਦੋਂ ਜਾਂਦੇ ਆ, ਕਿੰਨੇ ਕਿੰਨੇ ਸੰਖਿਆ ਇਕੱਠੇ ਜਾਂਦੀ ਆ, ਮਾਨੋ ਇੱਕ ਮੁਲਕ ਤੋਂ ਦੂਜੇ ਮੁਲਕ ਤੱਕ ਇੱਕ ਜਿਉਂਦੀ ਲੜੀ ਪਰੋ ਦਿੰਦੇ ਹਨ। ਠੀਕ ਹੈ ਜੀ। ਅਵਾਬੀਲ ਇਹ ਪੰਛੀਆਂ ਦੀ ਕਿਸਮ ਆ, ਵੱਡੇ ਵੱਡੇ ਪੰਛੀ। ਇਹ ਪੰਛੀ ਬੜੀ ਰਫਤਾਰ ਨਾਲ ਉੱਡਦੇ ਹਨ। ਇੱਕ ਅਵਾਬੀਲ 90 ਮੀਲ ਪ੍ਰਤੀ ਘੰਟੇ ਵਿੱਚ ਉੱਡ ਸਕਦਾ ਹੈ। ਨੀਲਕੰਠ 180 ਮੀਲ ਘੰਟੇ ਵਿੱਚ ਉੱਡ ਸਕਦਾ ਹੈ। ਇਹਨਾਂ ਦੀ ਸਪੀਡਾਂ ਬਹੁਤ ਜ਼ਿਆਦਾ ਆ। ਪੰਛੀ ਸਾਰਾ ਸਾਰਾ ਦਿਨ ਉੱਡਦੇ ਹਨ, ਕੋਈ ਹਾਦਸਾ ਨਹੀਂ ਹੁੰਦਾ। ਦੇਖੋ ਕਿੰਨੀ ਸਮਝਦਾਰੀ ਨਾਲ, ਕਿੰਨੀ ਵਿਉਂਤ ਬਣਾ ਕੇ ਚੱਲਦੇ ਆ। ਇਹ ਪੰਛੀ ਕਿਉਂ ਏਡੀ ਖੇਚਲ ਕਰਦੇ ਹਨ? ਹੁਣ ਕੁਸਚਨ ਆਉਂਦਾ ਵੀ ਕਿਉਂ ਟਿੱਕੇ ਨਹੀਂ ਰਹਿੰਦੇ। ਹੁਣ ਸਾਇੰਟੀਫਿਕਲੀ ਤਾਂ ਸਾਨੂੰ ਪਤਾ ਆ ਕਿ ਜਿੱਥੇ ਇਹ ਰਹਿੰਦੇ ਆ ਉੱਥੇ ਕੀ ਆ, ਠੰਡ ਬਹੁਤ ਹੁੰਦੀ ਆ, ਤੇ ਫਿਰ ਜਦੋਂ ਬਰਫ਼ ਜੰਮ ਜਾਂਦੀ ਆ ਤੇ ਉਹ ਉਸ ਟਾਈਮ ਦੇ ਵਿੱਚ ਇਹ ਸਾਡੇ ਮੁਲਕਾਂ ਵੱਲ ਆਉਂਦੇ ਆ ਜਿੱਥੇ ਹਲੇ ਗਰਮੀ ਹੁੰਦੀ ਆ। ਤੁਸੀਂ ਦੇਖਿਓ ਇਹ ਪੰਛੀ ਅਸੀਂ ਫਰਵਰੀ ਮਹੀਨੇ ਜ਼ਿਆਦਾ ਦੇਖਦੇ ਹਾਂ ਠੰਡ ਦੇ ਏਰੀਏ ਵਿੱਚ, ਕਿਉਂਕਿ ਸਾਡੇ ਇੱਥੇ ਠੰਡ ਦੇ ਦੌਰਾਨ ਵੀ ਉਨੀ ਠੰਡ ਨਹੀਂ ਪੈਂਦੀ, ਪਰ ਜਿੱਥੇ ਪੋਲ ਆ ਉੱਥੇ ਤਾਂ ਬਿਲਕੁਲ ਹੀ ਬਰਫ਼ ਜੰਮੀ ਰਹਿੰਦੀ ਆ, ਇਸ ਕਰਕੇ ਇਹ ਇੱਧਰ ਆ ਜਾਂਦੇ ਆ। ਇਸ ਖੇਚਲ ਵਿੱਚ ਹਜ਼ਾਰਾਂ ਮਰ ਜਾਂਦੇ ਹਨ, ਪਰ ਤਾਂ ਵੀ ਤਕਲੀਫਾਂ ਤੇ ਕਸ਼ਟ ਪੰਛੀਆਂ ਦੀ ਉਡਾਰੀ ਨਹੀਂ ਰੋਕ ਸਕਦੇ। ਠੀਕ, ਉੱਡਦੇ ਰਹਿੰਦੇ ਆ। ਵੱਡਾ ਕਾਰਨ ਖੁਰਾਕ ਹੈ, ਖੁਰਾਕ ਲੈਣ ਲਈ। ਕਈ ਮੁਲਕਾਂ ਵਿੱਚ ਸਰਦੀਆਂ ਬੜੀਆਂ ਸੁੰਨੀਆਂ ਹੁੰਦੀਆਂ ਹਨ, ਕੋਈ ਦਾਣਾ ਅਨਾਜ ਦਾ ਨਹੀਂ ਲੱਭਦਾ, ਕੋਈ ਕੀੜਾ ਧਰਤੀ ਉੱਤੇ ਨਹੀਂ ਤੁਰਦਾ ਹੁੰਦਾ। ਇਹ ਇੱਕ ਕਾਰਨ, ਇਸ ਕਰਕੇ ਉਹ ਸਾਡੇ ਮੁਲਕਾਂ ਵੱਲ ਆਉਂਦੇ ਆ। ਪਰ ਕਈ ਆਖਦੇ ਹਨ ਇਹ ਬ੍ਰਹਿਮੰਡ ਦੀ ਮਾਲਾ ਹੈ, ਹਨ ਜਿਉਂਦੀ ਲੜੀ ਹਨ,
एक धरती नूं दूजी धरती नाल जोड़दे हन। यह भी एक कंसैप्ट है कि यह जांदे आ उड़दे आ एक थां तों दूजे सारे नूं आपस च जोड़दे आ। एक धरती उत्ते होण वाले फुलां ते बनस्पति दे बीज यह दूजी धरती उत्ते लै जांदे हन। यह भी इन्हां दा एक फंक्शन है कि इन्हां दे पैरां नाल पंखां नाल एक धरती दे जिहड़े काणा बीज वगैरह दे वह दूसरे थां चले जांदे आ, पहुंच जांदे आ, ताकि होर डायवर्सिटी वधे। एक खामोश तार द्वारा दुनिया के प्रदेशों को एक देश विच जोड़ते हैं, ठीक है जी। एक कीकर राह लभ लैंदे हैं, कौन नवे जम्मिया विच राह की समझ पा देता है। हुण गल आंदी राह किस तरह लभ लैंदे आ, साइंटिफिकली रिसर्च हो रही है ते ये गल्लां आ रही है कि अर्थ की मैगनैटिक फील्ड नूं सेंस करते हुए यह राह लभ लैंदे आ। कौन इन्हां नूं समुंदर ते जजीरियां की गिनती सेध ते फासले का ज्ञान देता है। उन्हां नूं किस तरह पता लगता भाई भी समुंदर आ अगे कि रुकण की थां आनी आ कि नहीं आनी, सारे पासे पानी ही पानी आ। कौन इन्हां नूं समझा देता है कि हुण भरी कचहरी छड्डण का वेला है, नहीं तो राह विच सियाला आ फड़ेगा, भी हुण उड़ चलीए नहीं तो ठंड आ जानी है, तो गल नहीं बननी पे साढ़े को रह नहीं होना। यह क्यों कदे दो दिन अवेर करके नहीं तुरते, ठीक है ना, भी पूरे टाइम के पाबंद रहते हैं। बेसिकली लिखना कुदरत की ब्यूटी भी दसदा पाया सानू। इन्हों प्रश्नों का उत्तर वह लोग कदे लभ लैणगे जिन्होंने जिंदगी के अर्थ मुक्ति नहीं समझी, एक स्वादली ज्ञान भरपूर प्रश्नोत्तरी समझी है। यह लेखक का मेन तुर आया कि असी मुक्ति के पिछे पै रहे हैं, यह गल ठीक नहीं, असी नेचर नूं समझ आया ते नेचर नाल सवाल लैण आया, ठीक है जी। ते बेसिकली लेखक ने पंछियों की गल की। अगे गल आती है जी सुंदरता। सुंदरता तो वधेरा कोई मजहब नहीं, ठीक है। लेखक ना मजहब के बार बार जो पखंडी रूप है ना वह क्रिटिक करता है, तो लेखक कहना होर बहुत चीजा है जिसे वाल साडा ध्यान देना सानू चाहिए है। सुंदरता की गल, हुसन की गल, प्यार की गल, कुदरत की गल, यह सारिया गल, अपना किरत की गल, उद्दम की गल, अपने देशवासियों नूं उत्ते चक्कण की गल, यह सारिया गल आंदियां किहदे विच नवां जमाना लेखां दे विच। सुंदरता तो शर्माना ते इस नूं बुराई समझना नेकी, मजहब ते खुदा तिन्हां तो खाली होण की सूचना है। बेसिकली ना तुसीं देखो साडे घरां विच वी ना जे धार्मिकता दा अर्थ यह लैंदे आ, देखो जी वह इन्नी धार्मिक आ कि मेकअप ही नहीं करती, देखो जी वह च इन्ना आ कि भी उन्होंने शीशा नहीं देखा कभी, वह अपने आप को सवारते हैं। ये कोई लेखक कहता कोई इदा की गल नहीं, ठीक है। सानू शर्माने की लोड़ नहीं सुंदरता तो, जो कोई चीज सुंदर लगती है उसकी एप्रीशिएशन भी करनी है तो वह रस भी माणना है। वह कहता विचारवान एमरसन का कहना है, एमरसन खोए विद्वान, सुंदरता देखने का मौका कभी ना गवाओ, कोई चीज चंकी लगती है उन्होंने निहारो। यहाँ मतलब यह नहीं कि तुम पराई स्त्री वाल स्टेयरिंग कर लग जाओ, एक क्राइम आ, वह गलत गल आ। इतने इतने गल सुंदरता की हो रही है, नेचर की ब्यूटी की हो रही है। सुंदरता रब की लिखनी है, पर सोहने मूह विच, हर सोहने आकाश विच, हर सोहने फुल विच इनू जियो आया नूं आखो, इहदा वेलकम करो, ते इस बरकतां भरे कटोरे लई रब का शुक्र भी करो, भी इनियां दातां बख्शियां। हुण तुसीं देखो सानू सारे आसे पासे दिखाई देता, साडियां अखां काम करदियां, तो असं थैंक यू करना चाहिए रब न, शुक्रिया करना चाहिए कि असं इन्ने रंग बिरंगी दुनिया देख सकते हैं। कई लोग नहीं देख सकते, कई लोगों को रंगा का ज्ञान नहीं होंदा, उन्होंने सारे रंग नहीं देख सकते। वह तो सानू जे ये चीजा है शुकराना भी करना चाहिए, तो सुंदरता निहारना भी आते रब का शुक्र भी करना। सिर्फ दाना पानी उस मनुख को संतुष्ट नहीं कर सकता जिसके अंदर जज्बे विकास कर चुके हैं, जज्बा, ठीक है ना, कुछ करन दा जज्बा। जे जज्बा हैगा तो असी सिंपल रोटी पानी तक सीमित नहीं रहने, असी कुछ होर चीजां दे अभिलाषी भी हुंदे आ, असी मशीना नहीं हैगे जिन्हां नूं सिर्फ बेसिक नेसेसिटीज मिल गई तो ओके आ, नहीं, असी जिहड़ा हैगा एस्थेटिक ब्यूटी, असी सुंदरता, असी कुदरत, जिन्नी जिन्नी चीजा वधिया, असी कला, इन्हां सब तो खुशियां लैणा चाहुंदे आ।
ਤੇ ਇਹ ਕਦੋਂ ਹੁੰਦਾ ਜਦੋਂ ਸਾਡੇ ਅੰਦਰ ਜਜ਼ਬਾ ਆ ਜਾਏ ਜਜ਼ਬਾ ਨਹੀਂ ਤਾਂ ਜੇ ਪਲੱਸ ਮਾਈਨਸ ਦੇ ਚੱਕਰ ਚ ਪੈ ਗਏ ਤਾਂ ਫਿਰ ਅਸੀਂ ਉੱਥੇ ਕੀ ਬੈਠੇ ਰਹਿਣਾ ਕੀ ਫਾਇਦਾ ਕੀ ਕਰਨਾ ਜਾ ਕੇ ਬੈਠੇ ਰਹੋ ਆਰਾਮ ਨਾਲ ਰੋਟੀ ਮਿਲੀ ਤਾਂ ਜਾਂਦੀ ਹੈ ਨਹੀਂ ਜਜ਼ਬਾ ਅੱਛਾ ਜੀ ਇਹ ਗੱਲਾਂ ਹੋ ਗਈਆਂ ਜਿਹੜਾ ਸੋਹਣਾ ਹਿਰਦਾ ਖੁਸ਼ੀਆਂ ਖਿਲਾਰਨ ਤੇ ਪੀੜਾਂ ਠੱਲਣ ਦੀ ਚਾਹ ਨਾਲ ਖਿੜਖਿੜਾ ਰਿਹਾ ਹੈ ਵੀ ਮੈਂ ਹਰ ਪਾਸੇ ਖੁਸ਼ੀਆਂ ਵੰਡਾਂ ਤੇ ਦੁੱਖ ਤਕਲੀਫ ਘਟਾਵਾਂ ਤੇ ਕਿਹੜਾ ਮਜ਼ਹਬ ਉਹਦੇ ਤੁਲ ਅੱਪੜ ਸਕਦਾ ਹੈ ਤਾਂ ਇਹੀ ਸਭ ਤੋਂ ਉੱਚਾ ਮਜ਼ਹਬ ਹੈ ਖੁਸ਼ੀਆਂ ਖਿਲਾਰਨਾ ਵੰਡਣਾ ਤੇ ਦੁੱਖ ਘਟਾਉਣਾ ਦੂਸਰਿਆਂ ਦੇ ਇਸੇ ਹਿਰਦੇ ਦੀ ਛੂਹ ਹੀ ਰੱਬ ਦਾ ਮਿਲਾਪ ਹੈ ਰੱਬ ਦੇ ਨਾਲ ਮਿਲਾਪ ਇਹ ਗੱਲਾਂ ਨਾਲ ਹੀ ਹੁੰਦਾ ਤੇ ਅੱਜ ਦੀਆਂ ਗੱਲਾਂ ਨਾਲ ਨਮਾਜ਼ਾਂ ਪੜ੍ਹਨੀਆਂ ਸਿੱਧੇ ਕਰਨੇ ਸਵਾਦੀਆਂ ਲਾਉਣੀਆਂ ਇਬਾਦਤਾਂ ਕਰਨੀਆਂ ਸਿਰਫ ਇਸ ਹਿਰਦੇ ਦੀ ਛੂਹ ਨਾਲ ਝੂਮਣ ਦੇ ਤਰਲੇ ਹਨ ਠੀਕ ਹੈ ਨਾ ਇਹ ਬੇਸਿਕਲੀ ਸਾਡੀ ਤਰਲੇ ਹੀ ਆ ਪਰ ਇਸ ਨਾਲ ਗੱਲ ਨਹੀਂ ਬਣਦੀ ਬੇਸਿਕਲੀ ਆਹ ਗੱਲ ਆ ਖੁਸ਼ੀਆਂ ਖਿਲਾਰਨੀਆਂ ਤੇ ਪੀੜਾਂ ਠੱਲਣੀਆਂ ਮਤਲਬ ਤਕਲੀਫਾਂ ਨੂੰ ਘਟਾਉਣਾ ਦੁਨੀਆਂ ਨੂੰ ਛੱਡ ਕੇ ਸਮਾਧੀ ਵਿੱਚ ਕਿਸੇ ਅਲੌਕਿਕ ਚਾਨਣ ਦਾ ਮੁਲਤਾਸ਼ੀ ਵੀ ਅਸਲ ਵਿੱਚ ਕਿਸੇ ਖੁਸ਼ੀਆਂ ਖਿਲਾਰਨ ਤੇ ਪੀੜਾਂ ਠੱਲਣ ਵਾਲੇ ਹਿਰਦੇ ਨਾਲ ਲੱਗਣ ਦੀ ਹੀ ਵਿਆਕੁਲ ਹੋ ਰਿਹਾ ਹੈ ਧਿਆਨ ਨਾਲ ਦੇਖਿਆ ਜਾਵੇ ਜਿਹੜਾ ਸਮਾਧੀ ਲਗਾ ਕੇ ਬੈਠਾ ਆ ਉਹ ਵੀ ਕੁਛ ਚਾਹੁੰਦਾ ਆ ਤਾਂ ਕਿ ਮੈਂ ਕਿਸ ਕੀ ਚਾਹੁੰਦਾ ਖੁਸ਼ੀਆਂ ਖਿਲਾਰਾਂ ਦੁੱਖ ਤਕਲੀਫ ਘੱਟ ਕਰਾਂ ਜੋਤਾਂ ਚਿਰਾਗ ਕੀਰਤਨ ਪਾਠ ਸਾਧਾਂ ਫਕੀਰਾਂ ਦੀ ਖਿਦਮਤ ਹੋਰ ਕੁਝ ਵੀ ਨਹੀਂ ਮਨੁੱਖੀ ਦਿਲ ਦੀ ਸੁੰਦਰਤਾ ਲਈ ਭੜਕ ਹੈ ਜ਼ਿੰਦਗੀ ਦੇ ਕੋਝ ਤੋਂ ਉਪਰਾਮ ਹੋ ਕੇ ਰੂਹ ਸੁੰਦਰਤਾ ਦੇ ਚਿੱਤਰ ਬਣਾ ਬਣਾ ਤਸੱਲੀਆਂ ਢੂੰਡਦੀ ਹੈ ਬਾਂਕਾ ਕ੍ਰਿਸ਼ਨ ਸੋਹਣਾ ਜਸ਼ੂ ਚੋਜੀ ਕਲਗੀਆਂ ਵਾਲਾ ਵਿਧਵਾ ਪ੍ਰੀਤਾਂ ਦੇ ਸ਼ਾਮ ਸਾਂਵਰੀਆਂ ਹਨ ਇਹ ਧਿਆਨ ਨਾਲ ਦੇਖੀਏ ਗੱਲ ਨੂੰ ਜਦੋਂ ਅਸੀਂ ਧਾਰਮਿਕ ਆਸਥਾ ਰੱਖਦੇ ਹਾਂ ਤੇ ਅਸੀਂ ਆਪਣੇ ਜਿਸ ਤਰ੍ਹਾਂ ਕਹਿ ਦਈਏ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਬਣਾਈ ਪੇਂਟਰ ਨੇ ਤੇ ਉਹ ਫੋਟੋ ਨੂੰ ਜਿੰਨਾ ਨਿਖਾਰ ਕੇ ਬਣਾਏਗਾ ਤੇ ਸਾਡੇ ਅੰਦਰ ਉਨਾ ਹੀ ਸਾਡੇ ਅੰਦਰ ਇੱਕ ਤ੍ਰਿਪਤੀ ਜਿਹੜੀ ਆ ਉਹਦੀ ਪੂਰਤੀ ਹੁੰਦੀ ਆ ਇਹ ਬੇਸਿਕਲੀ ਸਾਡੇ ਸਾਨੂੰ ਵਿਧਵਾ ਗਿਆ ਮਤਲਬ ਸਾਨੂੰ ਪ੍ਰੇਮੀ ਦੀ ਲੋੜ ਆ ਠੀਕ ਤਾਂ ਹੀ ਤਾਂ ਅਸੀਂ ਇੰਨੇ ਸੋਹਣੇ ਚਿੱਤਰਾਂ ਪ੍ਰਤੀ ਮੋਹਿਤ ਹੋ ਜਾਂਦੇ ਹਾਂ ਕੋਈ ਸਾਨੂੰ ਕਹੇ ਤੁਸੀਂ ਧਾਰਮਿਕ ਆ ਪਰ ਧਾਰਮਿਕ ਦੇ ਨਾਲ ਨਾਲ ਮਜ਼ਹਬ ਦੇ ਨਾਲ ਨਾਲ ਬੇਸਿਕਲੀ ਅਸੀਂ ਆਪਣੀ ਸੁੰਦਰਤਾ ਦੇ ਪ੍ਰਤੀ ਖਿੱਚ ਨੂੰ ਤ੍ਰਿਪਤ ਕਰ ਰਹੇ ਹਾਂ ਬੈਰਾਗੀ ਰੂਹ ਨੇ ਕਦੇ ਸੋਚਿਆ ਨਹੀਂ ਕਿ ਇਹ ਭੋਲੇ ਮਿਰਗ ਵਾਂਗ ਆਪਣੀ ਹੀ ਨਾਭੀ ਦੀ ਸੁਗੰਧ ਪਿੱਛੇ ਦੌੜ ਦੌੜ ਹੱਪ ਰਹੀ ਹੈ ਇਹ ਗੱਲ ਹੋ ਗਈ ਜੀਵਨ ਕੋਈ ਅਡਾਉਣੀ ਨਹੀਂ ਨਾ ਫੰਦਾ ਹੈ ਜਿਸ ਵਿੱਚੋਂ ਨਿਕਲਣਾ ਹੀ ਜੀਵਨ ਮਨੋਰਥ ਹੋਵੇ ਇਹ ਗੱਲ ਲੇਖਕ ਵਾਰ ਵਾਰ ਕਹਿੰਦਾ ਕਹਿੰਦਾ ਲਾਈਫ ਨੂੰ ਇੰਜੋਏ ਕਰਨਾ ਆ ਇਹਨੂੰ ਅਸੀਂ ਘੁੰਮਣ ਘੇਰੀਆਂ ਨਾ ਕਹਿ ਦਈਏ ਇਹ ਵੀ ਅਡਾਉਣੀ ਨਹੀਂ ਹੈ ਇਹ ਕੋਈ ਸਾਡੀ ਇਹ ਨਹੀਂ ਹੈਗੀ 84 ਕੱਟੀ ਜਾਣੀ ਆ ਇਹ ਅਸੀਂ ਇਹ ਕੋਈ ਫੰਦਾ ਨਹੀਂ ਹੈਗਾ ਇਹ ਨੈਗੇਟਿਵ ਕਨੋਟੇਸ਼ਨ ਨਾ ਦਈਏ ਜ਼ਿੰਦਗੀ ਨੂੰ ਇਹਦੀ ਚੜਾਵਿਆਂ ਤੇ ਇਹਦੀਆਂ ਸੁੱਖਣਾਂ ਦੀ ਅਖੁੱਟ ਖਜ਼ਾਨਿਆਂ ਦੇ ਸਾਹਮਣੇ ਕੋਈ ਹਸਤੀ ਨਹੀਂ ਇਹਦੀਆਂ ਘੰਟੀਆਂ ਅਜਾਨਾਂ ਇਹਦੇ ਕੀਰਤਨ ਨਾਤਾਂ ਗਗਨਾਂ ਵਿੱਚ ਰੱਬ ਚੰਦ ਤਾਰਿਆਂ ਦੀ ਅਲੌਕਿਕ ਰਾਗਣੀ ਵਿੱਚ ਅਜਾਈ ਹੰਭ ਕੇ ਚੁੱਪ ਹੋ ਜਾਂਦੇ ਹਨ ਤੇ ਵੇਖ ਕੇ ਕਵੀ ਕਹਿੰਦਾ ਹੈ ਜਿਉਂ ਜਿਉਂ ਮੈਂ ਵੱਡਾ ਹੁੰਦਾ ਹਾਂ ਹਰ ਵਰੇ ਮੇਰਾ ਇਹ ਵਿਸ਼ਵਾਸ ਪੱਕਾ ਹੁੰਦਾ ਹੈ ਕਿ ਸਭ ਤੋਂ ਚੰਗੀ ਤੇ ਸਿਆਣੀ ਗੱਲ ਕੋਝ ਤੋਂ ਧਿਆਨ ਉੱਕਾ ਹਟਾ ਕੇ ਸੁੰਦਰਤਾ ਉੱਤੇ ਜੁੜਨਾ ਹੈ ਮੇਰੀ ਗੱਲ ਸੁੰਦਰਤਾ ਦੀ ਹੋ ਰਹੀ ਹੈ ਜਦੋਂ ਸਾਨੂੰ ਗਿਆਨ ਹੋ ਜਾਂਦਾ ਤੇ ਮੇਨ ਇਹੀ ਗੱਲ ਆਉਂਦੀ ਹੈ ਕਿ ਕੋਝ ਵੱਲ ਤੋਂ ਧਿਆਨ ਹਟਾ ਕੇ ਜਿਹੜੀ ਚੀਜ਼ ਕੋਝੀ ਆ ਕੋਝੀ ਨਹੀਂ ਕੋਈ ਚੀਜ਼ ਰਹਿਣ ਦਿਓ ਉਹ ਜੇ ਹੈ ਕੀ ਆ ਉਹਦੇ ਵੱਲ ਧਿਆਨ ਨਾ ਕਰੋ ਤੇ ਸੁੰਦਰਤਾ ਨਾਲ ਜੁੜੋ ਸੁੰਦਰਤਾ ਸਿਰਫ ਨਕਸ਼ਾਂ ਦੀ ਸਰੋਤਾ ਨਹੀਂ ਇਹ ਇੰਪੋਰਟੈਂਟ ਗੱਲ ਆ ਇਹ ਨਹੀਂ ਕਿ ਤੁਸੀਂ ਗੋਰੇ ਆ ਤੁਹਾਡੇ ਨੈਣ ਨਕਸ਼ ਤਿੱਖੇ ਆ ਪਿਸ਼ਾਬ ਆ ਜਾਂ ਤੁਸੀਂ ਉੱਚੀ ਲੰਮੀ ਹਾਈਟ ਦੇ ਆ ਹਰੇਕ ਸ਼ਹਿਰ ਦਾ ਇੱਕ ਪਾਸਾ ਸੁੰਦਰ ਹੁੰਦਾ ਹੈ ਹਰੇਕ ਸ਼ਹਿਰ ਦੇ ਅੰਦਰ ਪਰਮਾਣੂ ਵਿੱਚ ਕੁੱਟੀ ਸ਼ਕਤੀ ਵਾਂਗ ਸੁੰਦਰਤਾ ਸਾਂਭੀ ਰਹਿੰਦੀ ਹੈ ਹਰ ਥਾਂ ਸੁੰਦਰਤਾ ਹੈ ਪਹਾੜਾਂ ਦੇ ਕਵੱਲੇ ਕਾਲੇ ਪੱਥਰਾਂ ਵਿੱਚ ਅੱਤ ਸੋਹਣੇ ਬੁੱਤਾਂ ਦਾ ਹੁਸਨ ਹੁਨਰ ਦੀ ਸ਼ੈਣੀ ਨੂੰ ਉਡੀਕਦਾ ਰਹਿੰਦਾ ਹੈ ਠੀਕ ਹੈ ਜਿਸ ਤਰ੍ਹਾਂ ਹੁਣ ਇੱਕ ਪੱਥਰ ਆ ਪੱਥਰ ਪੱਥਰ ਆ ਪਰ ਜਦੋਂ ਅਸੀਂ ਉਹਨੂੰ ਹੁਨਰ ਨਾਲ ਤਰਾਜ ਦਾਂਗੇ ਤਾਂ ਸੋਹਣੀ ਮੂਰਤ ਬਣ ਜਾਂਦੀ ਹੈ ਰੂੜੀ ਦੇ ਗੰਦੇ ਜਿਹੇ ਦਿਲ ਵਿੱਚ ਕਲੀਆਂ ਡੋਡੀਆਂ ਦੀਆਂ ਲੱਤਾਂ ਮਾਲੀ ਦੇ ਰੰਬੇ ਲਈ ਉਤਾਵਲੀਆਂ ਰਹਿੰਦੀਆਂ ਹਨ ਠੀਕ ਹੈ ਵੀ ਸਾਨੂੰ ਆਪਣੀ ਕਲਾ ਨਾਲ ਚੀਜ਼ਾਂ ਨੂੰ ਸਾਫ਼ ਕਰਨਾ ਚਾਹੀਦਾ ਆ ਉਹਨੂੰ ਹੋਰ ਨਿਖਾਰਨਾ ਚਾਹੀਦਾ ਆ
मनोरथ किसी की क्रोपी तो बचना नहीं, किसी पातशाह पातशाह राजी रखना नहीं, किसी घोर खतरे तो सुरक्षित रहन की सियाणत नहीं, न गिनी मिनी दौलत नूं संजम नाल वरतन का हुनर है। पता की ये होना चाहिए, ठीक है ना। असं कहने कि हाँ अभी अपने रब न खुश रखना है, ठीक, साढ़े उत्ते कोई क्रोपी ना आ जाए, ठीक। पर असली मनोरथ की है? समुची जिंदगी का मनोरथ कुछ भी पिया हो, पर इंसानी जिंदगी का मनोरथ बेओड़क बेअंत अखुट ते अमिट ब्रह्मांड विच हुसन दा सोना लभ लभ के एक लिशकदी चमकदी सोहनी सभ्यता की लंका रचना है। बेसिकली हुसन नूं लभना ते उहनूं अपनी कला नाल होर निखारना। इस नालों उचेरा मनोरथ जां वडेरा मजहब किसी की कल्पना विच नहीं आ सकिया। बहुते मजहब तां अजे जादूगरी की दलदल विचों भी बाहर नहीं आ सके। कई मजहब तां सिर्फ इत्थे आ भी हाँ भी तुहानूं आ चीज करके दिखाती, करामात करके दिखाती, तो जनता खुश, जनता पिछे पिछे लग जाती है। करामातां करिश्मिया के आसले खलोते हैं, जिस तरह आप तुम देख लो कई डेरे वाले जनता का विश्वास पकाने लिए की कहते हैं, वो कहानियां झूठियां कहानियां बना दोगे कि बंदे एक बंदा जनता चो ही उठेगा देखो जी मैनू पैसे की लोड़ सी, मैं पेट्रोल पंप से खड़ा सी, बड़ा परेशान सी, मैं कहे बाबा जी मेरी करो मदद। पिछे मुड़ के देखिया तो बाबा जी अटैकी का बैर लैके खड़े से, जनता खुश हा 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 हा, क्योंकि जनता भी की है काम नहीं करना चाहती, कहते साडे शॉर्टकट नाल ही काम हो जाए। तो जेडे पक्की धरती उत्ते आके थोड़ा जा बहुता विकास कर सके हन, उन्हां दे रहस्य ते उन्हां दीआं रमझां गिरी दुआले काठ वांग सुंदरता अगे ओले तो छुट होर कुछ नहीं, ठीक है। ते जेडे करामाता तो थरे थोड़े अगे आ गए आ, वह की करते हैं एक धार्मिक स्थान के अगे बह के बस अपना पूजा वगैरह ही कर रहे हैं, तो सुंदरता वाल हले उन्हां वाल घट ध्यान जा रहा। तो बेसिकली ओवरऑल गल की कही है लेखक ने, हुसन की सुंदरता की गल की है। जदों दुनिया विच किते कोई भुखा नहीं रहेगा, ढूंढिया कोई गुलाम नहीं लभेगा, कोई नुक्कड़ मैली नहीं रहे दिसेगी, सोना घर खलोता होगा, सारी चीजा बेसिक नसैसिटी भी पूरी होगी, तो किसी को कोई दुख ना हो, कोई कुरक लफ्ज सुनिया नहीं जाएगा, कोई कोझा दृश्य वेख्या नहीं जाएगा, उदो सोना मनुख अपना सिंघासन संभालेगा। तो जी सुंदरता लिए आ चीजा भी जरूरी है, ये नहीं कि सिर्फ आप एक ब्यूटी नहार दे रही है, आ चीजा भी जरूरी है। कोई भुखा ना रहे, गुलाम ना हो, कित मैल ना दिसे, सब चीज सोहनी हो। अच्छा जी, उदो यह सोहनी धरती सुपने का धोखा नहीं समझी जाएगी, सगो इस तो बाहर किसी स्वर्ग की आस नहीं रखेगा कोई, ठीक। उन्होंने लगना भी धरती ही स्वर्ग आ। कोई किलां दी चौंकी उत्ते समाधि लाण ते धूणे तुखाण दी मूर्खता नहीं करेगा। सारिआं नूं ज्ञान होया ना कि इही जिंदगी ही असली स्वर्ग आ। तुसीं देखो ध्यान नाल, नवां जमाना विच कुछ बेसिक कंसैप्ट बार बार आ रहे हैं, धर्म दे किरिया कांडी कांडी रूप नूं लिखत पंडदा आ, हां सुंदरता दी गल, कला दी गल, हुसन दी गल, सारिआं आ रहीआं गल्लां। सोहणे आ देखो, मोमना अंदर कुफर दी हिलजुल कदे हो सकदी है, ठीक है। अच्छा, पर सोहने मनुख उत्ते कोझियां छाइया कदे नहीं हो सकदियां। आ देखो, जिहड़े तां धार्मिक आ उन्हां विच तां फिर भी किसी कोई ना कोई गल्लां नूं लैके की आ नैगेटिविटी आउंदी आ, पर जिहड़े सोहने मनुख आ ना सुंदरता दे अभिलाषी आ, उन्हां उत्ते कोझियां छाइया कदे नहीं हो सकदियां। सोहना मनुख सिर्फ सोहने देश, सोहने भाईचारे, सोहनी सभ्यता, सोहने घर ते सोहने कम्मां विचों ही पैदा हो सकता है, ठीक है ना। सारा देश सोहना होवे, आपो च भाईचारा सोहना बनिया रहे, सारी सभ्यता सोहनी होवे, सारे घर भी सोहने होण, ते सोहने सारे काम होण, ते तां ही साडा की है सोहना मनुख पैदा होएगा। आ चीजा नेसेसिटी दा, ठीक है जी। ते सुंदरता दी गल असीं नैक्सट क्लास विच करदे हां, अज लई इन्ना ही जी। शुक्रिया, सत श्री अकाल।